ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਮੈਂ ਸਮਝਦਾ ਜੋ ਘਟਨਾ ਧੂਰੀ ਦੇ ਵਿੱਚ ਹੋਈ ਹੈ ਸਾਡੀ ਇੱਕ ਬਹੁਤ ਹੀ ਛੋਟੀ ਨੰਨੀ ਜਿਹੀ ਬੱਚੀ ਦੇ ਨਾਲ ਉਸਨੇ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਿਹੜਾ ਹਿਲਾ ਕੇ ਰੱਖਤਾ ਬੜਾ ਲੋਕਾਂ ਦੇ ਵਿੱਚ ਰੋਸ ਵੀ ਹੈ ਅਤੇ ਬੜੀ ਦਰਦਨਾਕ ਘਟਨਾ ਹੈ ਅਤੇ ਜੋ ਇਹ ਰਾਕਸ਼ੀ ਪ੍ਰਵਿਰਤੀ ਵਾਲੇ ਲੋਕ ਅੱਜ ਸਮਾਜ ਵਿੱਚ ਫਿਰ ਰਹੇ ਨੇ ਜਿਹੜੇ ਇੰਨੀ ਮਾੜੀ ਸੋਚ ਰੱਖਦੇ ਨੇ ਉਹਨਾਂ ਪ੍ਰਤੀ ਮੈਂ ਚਾਹੁੰਦਾ ਸਰਕਾਰ ਨੂੰ ਬੜਾ ਸਖ਼ਤ ਰਵੱਈਆ ਅਪਣਾਉਣਾ ਚਾਹੀਦਾ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਵੀ ਦੇਣੀ ਚਾਹੀਦੀ ਹੈ ਅਤੇ ਕਾਨੂੰਨਾਂ ਦੇ ਵਿੱਚ ਵੀ ਸੋਧ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਐਸੀਆਂ ਘਟਨਾਵਾਂ ਨੇ ਇਹ ਭਵਿੱਖ ਵਿੱਚ ਨਾ ਹੋਣ ਲੋਕਾਂ ਦੇ ਮਨ ਵਿੱਚ ਡਰ ਹੋਵੇ ਕਾਨੂੰਨ ਦਾ ਅਤੇ ਐਸੇ ਲੋਕਾਂ ਨੂੰ ਤਾਂ ਮੈਂ ਸਮਝਦਾ ਜੇ ਫਾਂਸੀ ਵੀ ਦਿੱਤੀ ਜਾਵੇ ਉਹ ਵੀ ਘੱਟ ਹੈ ਕਿਉਂਕਿ ਇੱਕ ਮਾਸੂਮ ਬੱਚੀ ਦੀ ਜ਼ਿੰਦਗੀ ਅੱਜ ਉਸਨੇ ਤਬਾਹ ਕਰਕੇ ਰੱਖਤੀ ਹੈ ਅੱਜ ਪਰਿਵਾਰ ਦੇ ਨਾਲ ਅਸੀਂ ਜਿਹੜਾ ਦੁੱਖ ਵੀ ਜ਼ਾਹਰ ਕੀਤਾ ਹੈ ਉਹਨਾਂ ਸੰਵੇਦਨਾ ਵੀ ਕੀਤੀ ਹੈ ਅਤੇ ਉਹਨਾਂ ਦੇ ਨਾਲ ਅਸੀਂ ਸਮੂਹਿਕ ਤੌਰ 'ਤੇ ਸਮੁੱਚੀ ਸਾਡੀ ਪਾਰਟੀ ਅਤੇ ਸਾਰਾ ਇਲਾਕਾ ਅਸੀਂ ਨਾਲ ਖੜ੍ਹੇ ਹਾਂ ਅਤੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਬੱਚੀ ਨੂੰ ਨਿਆਂ ਦਿਵਾਉਣ ਲਈ ਅਸੀਂ ਜੋ ਵੀ ਅਸੀਂ ਸਹਿਯੋਗ ਦੇ ਸਕਦੇ ਹਾਂ ਉਹ ਪਰਿਵਾਰ ਨੂੰ ਅਤੇ ਸ਼ਹਿਰ ਨੂੰ ਦੇਵਾਂਗੇ ਸਰ ਕੇਂਦਰ 'ਚ ਤੁਹਾਡੀ ਸਰਕਾਰ ਹੈ ਭਾਈਵਾਲ ਸਰਕਾਰ ਕੀ ਤੁਸੀਂ ਇਹੋ ਜਿਹੇ ਮਾਮਲਿਆਂ ਲਈ ਫਾਸਟ ਟਰੈਕ ਅਦਾਲਤਾਂ ਬਣਾਉਣ ਲਈ ਅਕਾਲੀ ਦਲ ਮੰਗ ਕਰੇਗਾ ਜੀ ਕੇਂਦਰ ਸਰਕਾਰ ਪਾਸੋਂ ਦੇਖੋ ਅਸੀਂ ਇਹ ਮੰਗ ਕਰਦੇ ਹਾਂ ਵੀ ਕੋਈ ਵੀ ਇਸ ਦੇ ਨਾਲ ਨਾਲ ਐਸੇ ਜਿਹੜੇ ਬੜੇ ਸੰਵੇਦਨਸ਼ੀਲ ਮਸਲੇ ਹੁੰਦੇ ਨੇ ਉਹਨਾਂ ਸੰਬੰਧੀ ਵੀ ਸਾਰਿਆਂ ਨੂੰ ਫਾਸਟ ਟਰੈਕ ਦੇ ਵਿੱਚ ਲੈ ਕੇ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਇਸ ਵਿੱਚ ਵੀ ਜਿਹੜਾ ਮੈਂ ਸਮਝਦਾ ਫਾਸਟ ਟਰੈਕ ਕੋਰਟ ਦੇ ਵੱਲ ਜਾ ਕੇ ਇਹਨੂੰ ਜਲਦੀ ਨਿਬੇੜਾ ਹੋਣਾ ਚਾਹੀਦਾ ਬਾਕੀ ਫੈਸਲਾ ਤਾਂ ਅਲਟੀਮੇਟਲੀ ਪੰਜਾਬ ਸਰਕਾਰ ਨੇ ਕਰਨਾ ਹੈ ਉਹ ਇਹਨਾਂ ਨੂੰ ਫਾਸਟ ਟਰੈਕ ਦੇ ਵਿੱਚ ਪਾ ਕੇ ਇਹਦੇ 'ਤੇ ਕਾਰਵਾਈ ਕਰ ਸਕਦੇ ਪਰ ਮੈਨੂੰ ਇਸ ਗੱਲ ਦਾ ਭਰੋਸਾ ਵੀ ਸ਼ਾਇਦ ਜਿਹੜੀ ਹੈ ਲੋਕਲ ਐਡਮਿਨਿਸਟ੍ਰੇਸ਼ਨ ਇਸ ਨੂੰ ਫਾਸਟ ਟਰੈਕ ਦੇ ਕੋਰਟ ਦੇ ਵਿੱਚ ਹੀ ਰੱਖੇ ਉਮਰ ਵਿਜੇ ਪ੍ਰਤਾਪ ਦੀ ਵਾਪਸੀ 'ਤੇ ਕੀ ਕਹੋਗੇ ਐੱਸ ਆਈ ਟੀ 'ਚ ਫਿਰ ਵਾਪਸੀ ਹੋ ਗਈ ਬਾਦਲ ਸਾਹਿਬ ਕਹਿ ਰਹੇ ਹਾਂ ਵੀ ਸਾਨੂੰ ਫਸਾਉਣ ਦੀ ਸਾਜ਼ਿਸ਼ ਦੇ ਤਹਿਤ ਜਿਹੜਾ ਦੁਬਾਰਾ ਵਾਪਸ ਲਿਆਂਦਾ ਗਿਆ ਉਮਰ ਵਿਜੇ ਦੇਖੋ ਵਾਪਸ ਆਉਣ ਸਾਰ ਇੱਕ ਪਹਿਲੇ ਦਿਨ ਹੀ ਉਹਨਾਂ ਨੇ ਚਲਾਣ ਪੇਸ਼ ਕਰਤਾ ਅਤੇ ਦੂਜੀ ਗੱਲ ਇਹ ਵੀ ਮੇਰੇ ਸੁਣਨ 'ਚ ਆਈ ਹੈ ਵੀ ਉਹਨਾਂ ਦੀ ਸਾਰਾ ਇਹ ਕਾਂਗਰਸ ਨੇ ਪਖੰਡ ਕੀਤਾ ਸੀ ਉਹਨਾਂ ਨੇ ਉਹਨਾਂ ਦੀ ਬਦਲੀ ਦੇ ਆਰਡਰ ਹੀ ਨਹੀਂ ਕੀਤੇ ਇਲੈਕਸ਼ਨ ਕਮਿਸ਼ਨ ਨੂੰ ਧੋਖੇ 'ਚ ਰੱਖਿਆ ਲੋਕਾਂ ਨੂੰ ਧੋਖੇ 'ਚ ਰੱਖਿਆ ਕੈਪਟਨ ਅਮਰਿੰਦਰ ਸਿੰਘ ਜੀ ਨੇ ਬਿਆਨ ਵੀ ਦਿੱਤੇ ਵੀ ਜੀ ਅਸੀਂ ਅਕਾਲੀ ਦਲ ਨੇ ਉਹਨਾਂ ਦੀ ਬਦਲੀ ਕਰਾਤੀ ਪਰ ਕੁਛ ਸੂਤਰਾਂ ਤੋਂ ਮੈਨੂੰ ਜਾਣਕਾਰੀ ਮਿਲੀ ਹੈ ਵੀ ਉਹਨਾਂ ਨੇ ਸ਼ਾਇਦ ਇਹ ਬਦਲੀ ਕੀਤੀ ਹੀ ਨਹੀਂ ਜੇ ਨਹੀਂ ਕੀਤੀ ਤਾਂ ਉਸਦਾ ਮਤਲਬ ਤਾਂ ਇਹ ਹੈ ਵੀ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਲੋਕਾਂ ਨੂੰ ਵੀ ਗੁੰਮਰਾਹ ਕੀਤਾ ਹੈ ਅਤੇ ਨਾਲ ਹੀ ਇਲੈਕਸ਼ਨ ਕਮਿਸ਼ਨ ਨੂੰ ਵੀ ਗੁੰਮਰਾਹ ਕੀਤਾ ਹੈ ਅਤੇ ਸਿਰਫ ਇਸ ਗੱਲ ਤੋਂ ਕਲੀਅਰ ਹੁੰਦਾ ਵੀ ਇਹ ਸਿਰਫ ਅਤੇ ਸਿਰਫ ਲੋਕ ਜਿਹੜੀ ਹੈ ਰਾਜਨੀਤੀ ਤਹਿਤ ਇਹ ਸਾਰੀਆਂ ਕਾਰਵਾਈਆਂ ਕਰ ਰਹੇ ਨੇ ਅਤੇ ਇਸ ਮੁੱਦੇ ਨੂੰ ਉਹਨਾਂ ਨੇ ਚੋਣਾਂ ਵਿੱਚ ਵੀ ਭੜਕਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਹੈ ਸੁਖਜਿੰਦਰ ਰੰਧਾਵਾ ਨੇ ਜਿਹੜਾ ਚਲਾਨ ਪੇਸ਼ ਹੋਇਆ ਉਹ 'ਤੇ ਬਾਦਲ ਪਰਿਵਾਰ 'ਤੇ ਕਾਫੀ ਹਮਲੇ ਕੀਤੇ ਹੈ ਜੀ ਉਹਨੇ ਕਿਹਾ ਵੀ ਬਾਦਲ ਨੇ ਹੀ ਜਿਹੜਾ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਸੀ ਸੁਖਜਿੰਦਰ ਰੰਧਾਵਾ ਦਾ ਦੇਖੋ ਸੱਚਾਈ ਸਾਹਮਣੇ ਆ ਜਾਏਗੀ ਕੋਰਟ ਜਿਹੜੇ ਨੇ ਫੈਸਲਾ ਕੋਰਟ ਨੇ ਕਰਨਾ ਹੈ ਸਰਕਾਰ ਆਪਦੀ ਪਾਵਰ ਵਰਤ ਕੇ ਜੋ ਮਰਜ਼ੀ ਕਰੀ ਜਾਵੇ ਕਿਉਂਕਿ ਆਖਰ ਕੋਰਟ ਦੇ ਵਿੱਚ ਜਿਹੜੇ ਪਰੂਫ ਨੇ ਜੋ ਸੱਚਾਈ ਹੈ ਜੋ ਪਰੂਫ ਹੈ ਉਹਦੇ ਆਧਾਰ 'ਤੇ ਫੈਸਲਾ ਹੋਣਾ ਅਤੇ ਇਸ ਲਈ ਇਹ ਕਾਂਗਰਸ ਤਾਂ ਇਹਨਾਂ ਨੂੰ ਚੋਣਾਂ ਦੇ ਵਿੱਚ ਵੀ ਇੱਕ ਚੋਣ ਮੁੱਦਾ ਬਣਾ ਕੇ ਵਰਤਦੇ ਰਹੇ ਹੁਣ ਵੀ ਉਹਨੂੰ ਚੋਣ ਮੁੱਦਾ ਬਣਾ ਕੇ ਵਰਤ ਰਹੇ ਨੇ ਮੈਂ ਮਹਿਸੂਸ ਕਰਦਾ ਵੀ ਇਹ ਜਲਦੀ ਜੇ ਸੱਚਾਈ ਬਾਹਰ ਆਏਗੀ ਤਾਂ ਜਿਹੜਾ ਇਹਦਾ ਫਾਇਦਾ ਹੈ ਅਤੇ ਤਾਂ ਕਿ ਲੋਕਾਂ ਨੂੰ ਜਿਹੜਾ ਇਸ ਗੱਲ ਦਾ ਚਾਨਣ ਹੋ ਜਾਵੇ ਪੰਜਾਬ 'ਚ ਬਿਊਰੋਕ੍ਰੇਸੀ ਜਿਹੜੀ ਹੈ ਅੱਜ ਵੀ ਹਾਵੀ ਹੈ ਮੰਤਰੀਆਂ ਦਾ ਜਿਹੜੇ ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ ਦਾ ਕਹਿਣਾ ਕਿ ਬਿਊਰੋਕ੍ਰੇਸੀ ਹਾਵੀ ਹੋਣ ਕਰਕੇ ਜਿਹੜਾ ਕਾਂਗਰਸ ਦੀ ਹਾਰ ਹੋਈ ਹੈ ਤੁਸੀਂ ਕੀ ਮੰਨਦੇ ਹੋ ਵੀ ਕਾਂਗਰਸ ਦੀ ਹਾਰ ਦੇ ਕੀ ਕਾਰਨ ਸੀ ਜਿਹੜਾ 13 ਦਾ 13 ਮਿਸ਼ਨ ਸੀ ਪਰ 8 ਹੀ ਰਹਿ ਗਏ ਦੇਖੋ ਸਰਕਾਰ ਨਾਂ ਦੀ ਚੀਜ਼ ਹੀ ਨਹੀਂ ਹੈ ਕੋਈ ਪੰਜਾਬ ਦੇ ਵਿੱਚ ਸਾਰੀ ਅਫਸਰਸ਼ਾਹੀ ਹੀ ਚਲਾ ਰਹੀ ਹੈ ਇਸ ਤਾਂ ਕਿੰਨੇ ਇਸ ਤਾਂ ਸ਼ੁਰੂ ਤੋਂ ਕਹਿ ਰਹੇ ਹਾਂ ਹੁਣ ਇਹਨਾਂ ਦੇ MP MLA ਤਾਂ ਅੱਜ ਕਹਿਣ ਲੱਗੇ ਨੇ ਪਰ ਅਸੀਂ ਤਾਂ ਪਿਛਲੇ 2 ਸਾਲਾਂ ਤੋਂ ਕਹਿ ਰਹੇ ਹਾਂ ਵੀ ਸਰਕਾਰ ਲੋਕਾਂ ਨਾਲੋਂ ਟੁੱਟੀ ਹੋਈ ਹੈ ਨਾ ਤਾਂ ਲੋਕਾਂ ਦੀਆਂ ਤਕਲੀਫਾਂ ਨਾ ਲੋਕਾਂ ਦੇ ਮਸਲੇ ਨਾ ਲੋਕਾਂ ਦੀਆਂ ਲੋੜਾਂ ਉਹਨਾਂ ਨੂੰ ਇਹਨਾਂ ਨੂੰ ਕੁਛ ਨਹੀਂ ਪਤਾ ਅਤੇ ਤਾਂ ਹੀ ਜਿਹੜਾ ਹੈ ਇਹਨਾਂ ਨੂੰ ਐਸੇ ਮੁੱਦੇ ਜਿਹੜੇ ਨੇ
ਗੋਲੀਕਾਂਡ ਵਾਲਾ ਜਿਹੜਾ ਹੈ ਜਾਂ ਬੇਅਦਬੀ ਵਾਲੇ ਮੁੱਦਿਆਂ 'ਤੇ ਸਿਆਸਤ ਕਰਨੀ ਪੈ ਰਹੀ ਹੈ ਨਾ। ਜਿਹੜੀ ਕੈਪਟਨ ਸਿੱਧੂ ਦੇ ਵਿਵਾਦ 'ਤੇ ਕੀ ਕਹੋਗੇ ਜੀ? ਕੈਪਟਨ ਸਿੱਧੂ ਦਾ ਵਿਵਾਦ ਵੋਟਾਂ ਤੱਕ ਹੀ ਰੁਕਿਆ, ਅਸੀਂ ਉਹਦੇ ਕੀ ਕਰਨਾ ਹੈਗਾ? ਇਹ ਤਾਂ ਹੁਣ ਕਾਂਗਰਸ ਨੇ ਫੈਸਲਾ ਕਰਨਾ ਵੀ ਕੀ ਕਰਨਾ, ਕਿਉਂਕਿ ਇਹ ਹੁਣ ਇਸ 'ਚੋਂ ਇਹ ਪਤਾ ਚੱਲੇਗਾ ਵੀ ਸਪਸ਼ਟ ਜਿਹੜੀ ਹੈ ਸਾਹਮਣੇ ਆਏਗੀ ਗੱਲ ਵੀ ਕਾਂਗਰਸ ਦੇ ਵਿੱਚ ਸਿੱਧੂ ਦੀ ਜ਼ਿਆਦਾ ਚੱਲਦੀ ਹੈ, ਕੈਪਟਨ ਦੀ ਜ਼ਿਆਦਾ ਚੱਲਦੀ ਹੈ। ਇਹਦਾ ਪਤਾ ਅਸੀਂ ਤਾਂ ਉਡੀਕ ਰਹੇ ਹਾਂ ਵੀ ਸਾਨੂੰ ਲੋਕ ਵੀ ਉਡੀਕ ਰਹੇ ਨੇ, ਲੋਕ ਵੀ ਇਸ ਗੱਲ ਨੂੰ ਉਡੀਕ ਰਹੇ ਨੇ ਵੀ ਇਸ ਗੱਲ ਦਾ ਸਪਸ਼ਟ ਹੋਵੇ ਵੀ ਕੈਪਟਨ ਸਾਹਿਬ ਦੀ ਜ਼ਿਆਦਾ ਚੱਲਦੀ ਹੈ ਕਿ ਸਿੱਧੂ ਸਾਹਿਬ ਦੀ ਜ਼ਿਆਦਾ ਚੱਲਦੀ ਹੈ। ਕੇਂਦਰ 'ਚ ਤੁਹਾਡੀ ਭਾਈਵਾਲ ਸਰਕਾਰ ਬਹੁਤ ਵੱਡੀ ਮੈਜੋਰਟੀ ਨਾਲ ਬਣੀ ਹੈ, ਸੰਗਰੂਰ ਜ਼ਿਲ੍ਹੇ ਲਈ ਕੋਈ ਪ੍ਰੋਜੈਕਟ ਲੈ ਕੇ ਆਉਂਗੇ ਤੁਸੀਂ? ਦੇਖੋ ਅਸੀਂ ਕਿੱਥੋਂ, ਮੈਂ ਤਾਂ ਜੋ ਪੰਜਾਬ 'ਚ ਕਰ ਸਕਦਾ ਕਰਾਂਗਾ। ਮੈਂ ਦਿੱਲੀ 'ਚ ਜਿਵੇਂ ਦਿੱਲੀ ਉੱਥੇ ਹਿੱਸੇਦਾਰ, ਜੇ ਮੈਂ ਹਿੱਸੇਦਾਰ ਹੋਊਂਗਾ। ਦੇਖੋ ਸਰਕਾਰ ਦੇ ਵਿੱਚ ਤਾਂ ਆਪ ਜਿਹੜਾ ਹੈ ਤੁਸੀਂ ਗੱਲ ਰੱਖ ਸਕਦੇ ਹੋ, ਫਿਰ ਤਾਂ ਕੋਈ ਗੱਲ ਚੀਜ਼ ਮਿਲਦੀ ਹੈ। ਅਸੀਂ ਤਾਂ ਇਹ ਹੈਗਾ ਵੀ ਪੰਜਾਬ ਅਸੈਂਬਲੀ ਦੇ ਵਿੱਚ ਅਸੀਂ ਇਲਾਕੇ ਦੀ ਜੋ ਲੜਾਈ ਹੈ ਉਹਦੀ ਲੜਾਈ ਲੜਦੇ ਰਹਾਂਗੇ, ਅਤੇ ਮੈਂ ਉਮੀਦ ਕਰਦਾ ਵੀ ਭਗਵੰਤ ਸਿੰਘ ਮਾਨ ਜੀ ਕੋਈ ਚੰਗਾ ਪ੍ਰੋਜੈਕਟ ਇਲਾਕੇ ਵਾਸਤੇ ਲੈ ਕੇ ਆਉਣਗੇ, ਕੋਈ ਚੰਗੀ ਪ੍ਰਾਪਤੀ ਕਰਨਗੇ। ਲੋਕਾਂ ਨੇ ਬੜੀਆਂ ਇੱਕ ਰਿਕਾਰਡ ਤੋੜ ਇਤਿਹਾਸਿਕ ਜਿੱਤ ਦਵਾਈ ਹੈ, ਅਤੇ ਹੁਣ ਜ਼ਿੰਮੇਵਾਰੀ ਵੀ ਉਹਨਾਂ ਦੀ ਬੜੀ ਵੱਡੀ ਬਣ ਗਈ ਹੈ। ਬੇਰੁਜ਼ਗਾਰ ਦੀ ਗੱਲ ਉਹ ਕਰਦੇ ਰਹੇ ਨੇ ਚੋਣਾਂ 'ਚ, ਬੇਰੁਜ਼ਗਾਰੀ ਖਤਮ ਕਰਨ ਦੇ ਵਿੱਚ ਆਪਦਾ ਜਿਹੜਾ ਅਹਿਮ ਰੋਲ ਅਦਾ ਕਰਨਗੇ। ਮੋਦੀ ਦੀ ਹਵਾ ਹੋਣ ਦੇ ਬਾਵਜੂਦ ਜਿਹੜਾ ਅਕਾਲੀ ਦਲ ਬਹੁਤ ਘੱਟ ਸੀਟਾਂ ਲੈ ਕੇ ਗਿਆ ਅਤੇ ਕਾਂਗਰਸ 8 ਲੈ ਗਈ 13 'ਚੋਂ, ਉਹਦੇ ਲਈ ਕੀ ਮੰਨਣਾ ਤੁਹਾਡਾ? ਅਸੀਂ ਇਹਦੀ ਪੜਚੋਲ ਕਰ ਰਹੇ ਹਾਂ, ਸਵੈ ਪੜਚੋਲ ਹੋ ਰਹੀ ਹੈ, ਵਿਚਾਰ ਚਰਚਾ ਵੀ ਹੋਈ ਹੈ, ਅਤੇ ਸਾਡੀ ਡਿਸਟ੍ਰਿਕਟ ਦੇ ਵਿੱਚ ਵੀ ਸਾਰੀਆਂ ਅਸੀਂ ਜਿਹੜੀਆਂ ਨੇ ਫੀਡਬੈਕ ਲੈ ਰਹੇ ਹਾਂ, ਪਾਰਟੀ ਵਿੱਚ ਡਿਸਕਸ ਕਰਾਂਗੇ ਸਾਰਾ ਕੁਝ ਅਤੇ ਉਹਦਾ ਹੱਲ ਲੱਭਾਂਗੇ। ਸੰਗਰੂਰ ਸੀਟ 'ਤੇ ਅਕਾਲੀ ਦਲ ਦੀ ਹਾਰ ਦਾ ਕੀ ਕਾਰਨ ਮੰਨ ਰਹੇ ਹੋ? ਜਿਵੇਂ ਕਾਂਗਰਸ ਨੇ ਡਿਨਾਈ ਕਰ ਲਿਆ ਵੀ ਭਗਵੰਤ ਮਾਨ ਦੀ ਜਿਹੜੀ ਹਵਾ ਸੀ ਸੋਸ਼ਲ ਮੀਡੀਆ 'ਤੇ ਜਾਂ ਯੂਥ 'ਚ ਜ਼ਿਆਦਾ ਸੀ, ਤੁਹਾਡਾ ਕੀ ਮੰਨਣਾ ਅਕਾਲੀ? ਅਸੀਂ ਮੈਂ ਦੱਸਦਾ ਉਹ ਸਾਰੀ ਇੱਕ ਫੈਕਟਰ ਤਾਂ ਹੁੰਦਾ ਨਹੀਂ ਕਦੇ, ਪਰ ਅਸੀਂ ਸਾਰੀ ਜਿਹੜੇ ਫੀਡਬੈਕ ਲੈ ਰਹੇ ਹਾਂ ਆਪਦੇ ਵਰਕਰਾਂ ਤੋਂ, ਅਤੇ ਉਸ ਆਧਾਰ 'ਤੇ ਜਿਹੜਾ ਹੈ ਹਜੇ ਸਿੱਟਾਂ 'ਚ ਮੈਂ ਗੱਲ ਕਰਦਾ, ਹਜੇ ਹਫ਼ਤਾ ਹੋਇਆ, ਕਈ ਗੱਲਾਂ ਸਾਹਮਣੇ ਆ ਰਹੀਆਂ, ਉਹ ਪਾਰਟੀ 'ਚ ਬੈਠ ਕੇ ਪਹਿਲਾਂ ਡਿਸਕਸ ਕਰਾਂਗੇ ਫਿਰ ਅਸੀਂ ਲੋਕਾਂ 'ਚ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।